बंद कर ले हस्ता ले मेरा नाम नरेंद्र आदि एडवोकेट लुधियाना डिस्ट्रिक्ट बार च अज बड़ी मन भागी घटना है। अज कोई बंब ब्लास्ट होया है। मैं खुद एक डेड बॉडी देख आया। डेड बॉडी अंदर पई आ। हूँ डेड बॉडी ये नहीं पता लग रहा किसी वकील साहब है या कोई अदालत का मुलाजम है या कोई तरी पूतना है उस बंदे दी। मेरी प्रशासन को बेनती आ हले एक लाश मैं देखे आ कुछ जख्मी चार पांच हो चुके आ और मैनू पता लगा मेरे कोई वकील साहबान आर एस मंड साहब नूं भी कोई नुकसान होया परमात्मा रे अजिहा ना होवे। मेरी अदालतां नूं बेनती आ सख्ती करो जड़ा खड़ा ना एंटर होंदो। पंजाब दा माहौल बड़ा खराब है। इस कोटा चल रही सी नहीं कोटा चल रही सी बम ब्लास्ट होए कोटा दे दुर्ग वर्किंग दौरान दूजी मंजिल है दूजी मंजिल दूजी मंजिल दे कोल बाथरूम च और साढ़े जिहड़े वकील साहब किसी नूं नुकसान होया है और मेरी बेनती प्रशासन नूं वकीलों नूं बेनती आ अपने अपने परे रहो अपनी अपनी गड्डियां खड़ लो और परमात्मा करे सुख शांति रहे। पूरे सहमे पिया पूरा बिल्डिंग पूरे वकील सहम चुके आ। ਸਰ ਜਿਹੜਾ ਬੰਬ ਵੱਡਿਆ ਕੀ ਮਾਮਲਾ ਜੀ? ਸੈਕਿੰਡ ਫਲੋਰ 'ਤੇ ਦੋ ਸੈਕਿੰਡ ਫਲੋਰ 'ਤੇ ਬਾਥਰੂਮ ਹੈ ਉੱਥੇ ਕੋਮਨ ਬਾਥਰੂਮ ਹੈ ਨਾਲ ਰਿਕਾਰਡ ਰੂਮ ਹੈਗਾ ਜਿਹੜਾ ਪਬਲਿਕ ਵਾਸਤੇ ਹੈ। ਉੱਥੇ ਬਲਾਸਟ ਟਾਈਪ ਆਵਾਜ਼ ਆਈ ਸਾਨੂੰ ਉਹ ਅਸੀਂ ਸਾਰਾ ਸੀਨ ਜਿਹੜਾ ਇਹਨੂੰ ਸਿਕਿਓਰ ਕਰ ਲਿਆ ਔਰ ਸਾਰੀ ਵੈਰੀਫਿਕੇਸ਼ਨ ਕਰ ਰਹੇ ਹਾਂ। ਇਹਦੇ 'ਚ ਇਹੀ ਪਤਾ ਲੱਗਿਆ ਵੀ ਇੱਕ ਬੰਦਾ ਜਿਹੜਾ ਉੱਥੇ ਜਿਹੜੇ ਜਿਹਦੀ ਡੈਥ ਹੋਈ ਹੈ ਔਰ ਇਹ ਦੋ ਬੰਦੇ ਇੰਜਰਡ ਹੈ ਜੋ ਪ੍ਰਿਲਿਮਨਰੀ ਸਾਨੂੰ ਪਤਾ ਲੱਗਿਆ। ਬਾਕੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ। ਸਾਰਿਆਂ ਨੂੰ ਅਸੀਂ ਹੋਸਪਿਟਲ ਭੇਜਤਾ ਤੇ ਆਰ ਓਕੇ ਜੋ ਜੁਆਇੰਟ ਸੀ ਪੀ ਸਾਹਿਬ ਨੇ ਆਪ ਹੀ ਭੇਜੀ ਹੈ ਸਾਰੇ ਤੋ ਇਹਦੀ ਅਸੀਂ ਬੰਬ ਸਕੋਡ ਹੈ ਉਹ ਆ ਰਹੇ ਹਾਂ ਡਿਸਪੋਜ਼ਲ ਅਤੇ ਫੋਰੈਂਸਿਕ ਟੀਮ ਵੀ ਅਸੀਂ ਬੁਲਾਈ ਹੈ ਚੰਡੀਗੜ੍ਹ ਤੋਂ ਉਹ ਸਾਰਾ ਆ ਕੇ ਅਸੀਂ ਤਾਂ ਕਿ ਅਜੇ ਦੇਖੋ ਕਹਿਣਾ ਬਹੁਤ ਔਖਾ ਹੈ ਕਿਉਂਕਿ ਸਾਇੰਟੀਫਿਕ ਚੀਜ਼ ਹੁੰਦੀ ਹੈ ਸਾਰਾ ਐਗਜ਼ਾਮੀਨੇਸ਼ਨ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕਿਹਾ ਜਾਊਗਾ ਅਤੇ ਉਹ ਇਹਨੂੰ ਸਾਰਾ ਅਸੀਂ ਦੇਖ ਰਹੇ। ਮੈਂ ਪਬਲਿਕ ਨੂੰ ਇਹ ਉੱਥੇ ਮਟੀਰੀਅਲ ਹੈ ਰਿਕਾਰਡ ਰੂਮ ਹੈ ਉਸ ਤਰ੍ਹਾਂ ਦੀ ਸਮੈਲ ਉਹਦੇ ਤਾਂ ਆ ਰਹੀ ਹੈ। ਬਸ ਮੇਰੀ ਪਬਲਿਕ ਨੂੰ ਇਹੀ ਹੈ ਪੈਨਿਕ ਵਾਲੀ ਗੱਲ ਨਹੀਂ ਅਸੀਂ ਸਾਰੀ ਗੱਲ ਨੂੰ ਤਹਿਕੀਕਾਤ ਕਰਕੇ ਤੁਹਾਡੇ ਥਰੂ ਬਰੀਫ ਕਰਦੇ ਰਹਾਂਗੇ।
ਇਹ ਕੋਰਟ ਕੰਪਲੈਕਸ ਨੂੰ ਆਉਣ ਦੀ ਕੋਸ਼ਿਸ਼ ਨਾ ਕਰਨ ਪਬਲਿਕ ਵਾਲੇ। ਔਰ ਦੂਸਰਾ ਇਹਦੇ 'ਚ ਇਹ ਕਿ ਜਿਹੜਾ ਏਰੀਆ ਇਹ ਅਸੀਂ ਸੀਲ ਕਰਕੇ ਰੱਖਾਂਗੇ ਟਿਲ ਦੀ ਫੋਰੈਂਸਿਕ ਜਿਹੜੀ ਟੀਮ ਆ ਉਹ ਆਪਣੀ ਸਾਰੀ ਇਹਨੂੰ ਚੰਗੀ ਤਰ੍ਹਾਂ ਦੇਖ ਨਹੀਂ ਲੈਂਦੇ। ਸਰ ਇੱਕ ਸਵਾਲ ਖੜਾ ਰਹਿੰਦਾ ਸੀ, ਅਗਰ ਜੇ ਬੰਬ ਵੀ ਹੈਗਾ ਤਾਂ ਉੱਪਰ ਕਿਸ ਤਰ੍ਹਾਂ ਆਇਆ, ਕਿਉਂਕਿ ਨੀਚੇ ਚੈਕਿੰਗ ਹੋ ਗਈ ਉਸ ਦੌਰਾਨ ਦੌਰਾਨ ਨਹੀਂ ਪਿਆ। ਸਰ ਮੈਂ ਉਹ ਵੀ ਦੇਖ ਰਿਹਾ ਨਾ ਵੀ ਕੀ ਚੀਜ਼ ਸੀ, ਕੋਈ ਵੀ ਚੀਜ਼ ਹੋ ਸਕਦੀ। ਦੇਖੋ ਕੋਈ ਮੈਨੂੰ ਨਹੀਂ ਪਤਾ ਇੱਥੇ ਅੰਦਰ ਕੋਈ ਕੀ ਇਲੈਕਟ੍ਰੀਕਲ ਅਪਲਾਇੰਸ ਕੀ ਲੱਗੇ ਹੋਏ ਨੇ, ਉਹ ਸਾਰਾ ਹੁਣ ਮੈਂ ਜਾਇਜ਼ਾ ਲਊਂਗਾ ਤਾਂ ਹੀ ਤੁਹਾਨੂੰ ਦੱਸ ਸਕਾਂਗੇ ਨਾ। ਕਈ ਵਾਰ ਕੋਈ ਹੋਰ ਚੀਜ਼ ਦਾ ਵੀ ਐਕਸਪਲੋਜਨ ਹੋ ਜਾਂਦਾ। ਕੋਈ ਸੁਰੱਖਿਆ 'ਚ ਵੀ ਸਰ ਕਮੀ ਹੋਈ ਹੋ ਸਕਦੀ? ਸੁਰੱਖਿਆ 'ਚ ਵੀ ਕੋਈ ਕਮੀ ਹੋ ਸਕਦੀ ਏਰੀਆ ਹੋਈ? ਨਹੀਂ ਭਾਈ ਸਾਹਿਬ, ਸੁਰੱਖਿਆ 'ਚ ਕਿਵੇਂ ਕਮੀ ਹੋਊਗੀ? ਸਾਰੇ ਤਾਂ ਲੱਗੇ ਹੋਏ ਤੇ ਰੋਜ਼ ਇੱਕ ਇੰਸਪੈਕਟਰ ਲੈਵਲ ਦਾ ਆਫਿਸਰ SHO ਅਸੀਂ ਲਾਉਂਦੇ ਹਾਂ। ਸਰ ਇਹਨੇ ਚੈੱਕ ਕਰਵਾ ਲੈਣਾ ਹੁਣ ਆਪਾਂ, ਸਭ ਤੋਂ ਪਹਿਲਾਂ ਇਹਨੂੰ ਕੱਲ੍ਹ ਨੂੰ ਇਨਵੈਸਟੀਗੇਟ ਕਰ ਲਈਏ। ਪਬਲਿਕ ਨੂੰ ਤੁਹਾਨੂੰ ਮੇਰੀ ਤੁਹਾਡੇ ਥਰੂ ਰਿਕੁਐਸਟ ਹੈ ਕਿ ਸੰਯਮ ਰੱਖੋ, ਔਰ ਅਸੀਂ ਸਾਰੇ ਆਪਾਂ ਮੌਜੂਦ ਹਾਂ ਮੌਕੇ 'ਤੇ, PC ਸਾਹਿਬ ਵੀ ਆਏ ਹੋਏ ਅਸੀਂ ਸਾਰੇ ਹੈਗੇ ਹਾਂ, ਤੁਹਾਨੂੰ ਫਿਰ ਇਸ ਤੋਂ ਬਾਅਦ ਬਰੀਫ ਕਰ ਕੁਲਦੀਪ ਸੂਦ ਐਡਵੋਕੇਟ। ਸੈਕਿੰਡ ਫਲੋਰ 'ਤੇ ਲੇਡੀਜ਼ ਬਾਥਰੂਮ ਦੇ ਵਿੱਚ ਬਲਾਸਟ ਹੋਇਆ, ਜਿਹੜੇ ਧੂੰਏ ਦੀ ਸਮੈਲ ਆ ਉਹ ਤੋਂ ਲੱਗਦਾ ਵੀ RDX ਦਾ ਬਲਾਸਟ ਹੈ, ਅਤੇ ਇਟਸ ਨਾਟ ਸਿਲੰਡਰ ਬਲਾਸਟ ਨਹੀਂ ਹੈ, ਇਟਸ RDX ਬਲਾਸਟ। And there is no security in the court because there are so many entry gates, anyone can come from any side. ਕਿੰਨੇ ਬੰਦੇ ਜ਼ਖਮੀ ਹੋਏ ਜੀ? ਇਸ ਵੇਲੇ ਕੋਈ ਪਤਾ ਨਹੀਂ ਹੈ, ਐਗਜੈਕਟਲੀ ਨਹੀਂ ਫਿਗਰ ਹੈਗੀਆਂ, ਐਗਜੈਕਟਲੀ ਨਹੀਂ ਹੈ। ਜ਼ਖਮੀ ਬਹੁਤ ਨੇ, ਮ੍ਰਿਤ ਇੱਕ ਆ ਜਿਹੜਾ ਕਿ ਹਲੇ ਸੁਣਨ 'ਚ ਆਇਆ, ਲੇਕਿਨ ਨਾਟ ਕਨਫਰਮਡ। ਜ਼ਖਮੀ ਅਣਗਹਿਲੀ ਇਹ ਹੈ ਵੀ ਕਿੰਨੀਆਂ ਐਂਟਰੀਆਂ ਨੇ, ਮੈਂ ਐਡਵੋਕੇਟ ਹਾਂ, ਮੇਰਾ ਉਸੇ ਮੰਜ਼ਿਲ ਦੇ ਉੱਤੇ ਆਫਿਸ ਹੈ, ਲੇਕਿਨ ਦੇਰ ਇਜ਼ ਨੋ ਸਿਕਿਉਰਿਟੀ ਐਟ ਆਲ, ਕਿਉਂਕਿ ਇੰਨੀ ਐਂਟਰੀ ਪੁਆਇੰਟ ਹੈ, ਦੇਰ ਸ਼ੁੱਡ ਬੀ ਵਨ ਐਂਟਰੀ ਪੁਆਇੰਟ ਇਨ ਦਾ ਹੋਲ ਕੋਰਟ। ਮਾਹੌਲ ਖਰਾਬ ਕਰਨ ਲਈ, ਇੱਕ ਮਾਹੌਲ ਖਰਾਬ ਕਰਨ ਲਈ ਵੀ ਹੋ ਸਕਦਾ, ਕੋਰਟਸ ਨੂੰ ਡਿਸਟਰਬ ਕਰਨ ਲਈ ਵੀ ਹੋ ਸਕਦਾ, ਕਿਸੇ ਕਾਰਨ ਵੀ ਹੋ ਸਕਦਾ। ਹਾਂ, ਸਾਰੇ ਲੋਕ ਹੀ ਸਾਰੇ ਘਬਰਾਏ ਹੋਏ ਆ, ਵਕੀਲ ਵੀ ਜਿੰਨੇ ਕੰਮ ਕਰਨ ਵਾਲੇ ਵੀ ਇੰਪਲੋਈਜ਼, ਉਸ ਵੇਲੇ ਕੋਰਟਸ ਚੱਲ ਰਹੀਆਂ ਸੀ। ਹਾਂ, ਹੁਣ ਸਾਰਾ ਕੁਛ ਬੰਦ ਹੋ ਗਿਆ ਔਰ ਹਰ ਇੱਕ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਧਮਾਕਾ RDX ਬਲਾਸਟ ਹੈ ਜਿਹੜਾ ਕਿ ਉਹ ਧੂੰਏ ਤੋਂ ਸਮੈਲ ਆ ਰਿਹਾ, ਬਾਕੀ ਤਾਂ ਅਗਰ ਪੁਲਿਸ ਵਾਲੇ ਦੱਸਣਗੇ ਰਿਪੋਰਟ ਵੀ ਕੀ ਹੋਇਆ, ਲੇਕਿਨ ਜਾਂਚ ਪੁਲਿਸ ਵਾਲੇ ਆ ਗਏ ਨੇ, ਪੁਲਿਸ ਕਮਿਸ਼ਨਰ ਇਜ਼ ਹੇਅਰ, ਪੁਲਿਸ ਅਥਾਰਟੀਜ਼ ਆਰ ਦੇਅਰ, ਅਵਰ ਸੈਸ਼ਨ ਜੱਜ ਇਜ਼ ਹੇਅਰ, ਸਾਰੀਆਂ ਅਥਾਰਟੀਜ਼ ਇੱਥੇ ਆ ਚੁੱਕੀਆਂ ਹੈ, ਕੋਰਟ ਸਾਰੀਆਂ ਬੰਦ ਹੋ ਚੁੱਕੀਆਂ ਨੇ। ਬੰਦ ਕਰ ਦਿੱਤਾ।